ਮੈਂ ਕਿਹਾ ਤੁਸੀਂ ਕਹੋ ਕਿ ਹਨਾ ਰੋਲਾ ਤਾਂ ਪਾਈ ਜਾਂਦੀ ਹੈ, ਮੈਂ ਜਾ ਕੇ ਆਈ ਹਾਂ, ਮੈਂ ਜਾ ਕੇ ਆਈ ਹਾਂ, ਬੜੀ ਖੁਸ਼ੀ ਹੁੰਦੀ ਹੈ ਹਨਾ, ਮੈਂ ਤਾਂ ਹੀ ਦੱਸਦੀ ਹਾਂ ਤੁਹਾਨੂੰ ਵਾਰ ਵਾਰ। ਅਤੇ ਇਹ ਮੈਂ ਪ੍ਰਸ਼ਾਦ ਲੈ ਕੇ ਆਈ ਹਾਂ, ਅਤੇ ਇਹ ਨਾਰੀਅਲ ਹਜੇ ਅਸੀਂ ਖੋਲਿਆ ਨਹੀਂ, ਬਸ ਸੀਮਾ ਨੂੰ ਦਿੱਤਾ ਮੈਂ ਪ੍ਰਸ਼ਾਦ, ਅਤੇ ਇੱਕ ਮੈਂ ਦਿੱਤਾ ਕੰਜਕਾਂ ਨੂੰ ਹਨਾ। ਅਤੇ ਉਹ ਮੈਂ ਇਸ ਤਰ੍ਹਾਂ ਹੀ ਹਨਾ 5-6 ਜਿੰਨੀਆਂ ਵੀ ਕੰਜਕਾਂ ਮਿਲੀਆਂ ਸੀ, ਅਤੇ ਮੈਂ ਸੁੱਕਾ ਪ੍ਰਸ਼ਾਦ ਦੇਤਾ, ਕਿਉਂਕਿ ਸਵੀਟੀ ਨੇ ਕਿਹਾ ਸੀ ਆਮ ਸਾਰ ਕੰਜਕਾਂ ਬਿਠਾਉਣੀਆਂ ਬਹੁਤ ਜ਼ਰੂਰੀ ਹੁੰਦੀਆਂ। ਅਤੇ ਇਹ ਆਮ ਪਾਪੜ ਅਤੇ ਇਹ ਅਜਵੈਨ ਵੀ ਮੈਂ ਇਸ ਤਰ੍ਹਾਂ ਮੈਂ ਕਿਹਾ ਤੁਹਾਨੂੰ ਦਿਖਾਉਣਾ ਨਾ, ਸਜਾ ਕੇ ਰੱਖਦਾ ਹਨਾ। ਇਹ ਦੇਖੋ ਇਹ ਅਜਵੈਨ ਹੈ, ਤੁੰਬੇ ਦੀ ਆਮ ਪਾਪੜ ਹੈ ਹਨਾ, ਅਤੇ ਸੰਧੂਰ ਦੀਆਂ ਡੱਬੀਆਂ। ਮੈਂ ਕਿਹਾ ਪ੍ਰਸ਼ਾਦ ਦਊਂਗੀ ਨਾ ਮੇਰੇ ਫਰੈਂਡ ਸਰਕਲ ਦੇ ਵਿੱਚ, ਅਤੇ ਉਹਨਾਂ ਨੂੰ ਦਊਂਗੀ ਹਨਾ। ਅਤੇ ਮੇਰਾ ਮਨ ਕਰਦਾ ਸੀ ਇਸ ਕਰਕੇ ਮੈਂ ਲਿਆਂਦਾ ਹਨਾ। ਅਤੇ ਇਹ ਹੈਗਾ ਭੈਰੋ ਬਾਬਾ ਜੀ ਦਾ ਪ੍ਰਸ਼ਾਦ ਹਨਾ, ਅਤੇ ਇਹਦੇ ਵਿੱਚ ਧਾਗੇ ਹੈ, ਪ੍ਰਸ਼ਾਦ ਹੈ, ਅਤੇ ਹੋਰ ਮਤਲਬ ਜੋ ਵੀ ਚੀਜ਼ਾਂ ਹੁੰਦੀਆਂ, ਅਤੇ ਇਹ ਵੀ ਪ੍ਰਸ਼ਾਦ ਹੈ। ਇਹ ਮੈਂ ਉੱਥੋਂ ਪ੍ਰਸ਼ਾਦ ਲੈ ਕੇ ਆਈ ਹਾਂ, ਠੀਕ ਹੈ। ਅਤੇ ਹੁਣ ਚਲੋ ਜੀ ਆਪਾਂ ਕਰੀਏ ਵੀਡੀਓ ਸ਼ੁਰੂ। ਹੈਲੋ ਜੀ, ਗੁੱਡ ਮੋਰਨਿੰਗ, ਵੈਲਕਮ ਹੈ ਜੀ ਤੁਹਾਡਾ ਸਾਰਿਆਂ ਦਾ ਹਨਾ। ਅਤੇ ਆਪਾਂ ਨੂੰ 2 ਦਿਨ ਹੀ ਬਾਹਰ ਲਗਾ ਕੇ ਇਹ ਹੋ ਜਾਂਦਾ ਹਨਾ, ਕਿੰਨੇ ਕੁ ਦਿਨ ਆਪਾਂ ਬਾਹਰ ਲਾਇਆ ਏ। ਅਤੇ ਹਰੇਕ ਚੀਜ਼ ਨਾ ਆਪਾਂ ਨੂੰ ਆਪਦੇ ਘਰ ਦੇ ਵਿੱਚ ਹਨਾ ਆਸਾਨ ਲੱਗਦੀ ਹੈ, ਬਸ ਜਿਵੇਂ ਬ੍ਰਸ਼ ਕੀਤਾ ਹਨਾ, ਬ੍ਰਸ਼ ਚੱਕਿਆ ਅਤੇ ਕੀਤਾ। ਅਤੇ ਬਾਹਰ ਜਾ ਕੇ ਜਿਵੇਂ ਆਪਾਂ ਜਾਂਦੇ ਹਾਂ ਹਨਾ, ਅਤੇ ਸਾਨੂੰ ਬ੍ਰਸ਼ ਕਰਨ ਵਾਸਤੇ ਵੀ ਹਨਾ ਕਈ ਵਾਰ ਟਾਈਮ ਲੱਗ ਜਾਂਦਾ ਹੈਗਾ। ਮਤਲਬ ਕਹਿੰਦਾ ਹੈ ਕਿ ਅਗਰ ਹਨਾ ਕਿਸੇ ਦੇ ਘਰ ਜਾਂਦੇ ਉੱਥੇ ਨਹੀਂ ਔਖਾ ਲੱਗਦਾ, ਜਿਸ ਤਰ੍ਹਾਂ ਆਪਾਂ ਹੁਣ ਜਿਵੇਂ ਮੈਂ ਗਈ ਸੀ ਹਨਾ, ਅਤੇ ਉੱਥੇ ਕਾਫੀ ਟਾਈਮ ਬਾਅਦ ਵਾਰੀ ਆਉਂਦੀ ਸੀ ਬ੍ਰਸ਼ ਕਰਨ ਦੀ ਹਨਾ। ਅਤੇ ਕੋਈ ਵੀ ਹਨਾ ABC ਕੰਮ ਹੈ, ਅਤੇ ਸਾਡੇ ਘਰ ਦੇ ਵਿੱਚ ਸਾਰੇ ਕੰਮ ਸਾਨੂੰ ਆਸਾਨ ਲੱਗਦੇ ਹੈ। ਅੱਜ ਚੰਡੀਗੜ੍ਹ ਦਾ ਮੌਸਮ ਇੰਨਾ ਵਧੀਆ, ਬਹੁਤ ਹੀ ਜ਼ਿਆਦਾ, ਜਿਵੇਂ ਤੁਸੀਂ ਦੇਖ ਰਹੇ ਹੋ ਹਨਾ ਹਨਾ। ਅਤੇ ਹੁਣ ਮੈਂ ਖਾ ਰਹੀ ਹਾਂ ਠੰਡੀ ਠੰਡੀ ਹਵਾ, ਅਤੇ ਨਾਲੇ ਮੈਂ ਲਗਾਊਂਗੀ ਮਸ਼ੀਨ ਹਨਾ। ਇਹਨਾਂ ਨੇ ਕਿਹਾ ਸੀਗਾ ਮੈਨੂੰ, ਕਹਿੰਦੇ ਕੱਪੜੇ ਥੋੜ੍ਹੇ ਜਿਹੇ ਧੋ ਦੀ, ਮੈਂ ਕਿਹਾ ਓਕੇ ਧੋ ਦੂੰਗੀ। ਅਗਰ ਜਦੋਂ ਕਹਿ ਦਿੰਦੇ ਆ ਨਾ ਵੀ ਮੈਂ ਧੋ ਕੇ ਵੀ ਗਈ ਸੀ ਵੈਸੇ, ਤਾਂ ਮੈਨੂੰ ਕਹਿ ਦਿੰਦੇ ਨਾ ਕੱਪੜੇ ਧੋ ਦੀ, ਮੈਂ ਫਿਰ ਉਸ ਟਾਈਮ ਮੈਂ ਲਗਾ ਲੈਂਦੀ ਹਾਂ ਮਸ਼ੀਨ। ਅਤੇ ਵੀ ਬਹੁਤ ਜ਼ਿਆਦਾ ਜ਼ਰੂਰੀ ਹੋਣੇ ਆ ਹਨਾ ਜਿਹੜੇ ਇਹਨਾਂ ਨੇ ਕਿਹਾ ਮੈਨੂੰ, ਅਤੇ ਫਿਰ ਨਹੀਂ ਮੈਂ ਮਤਲਬ ਸੋਚਦੀ ਹੁੰਦੀ, ਫਿਰ ਮੈਂ ਫਟਾਫਟ ਕੰਮ ਕਰਨਾ ਸ਼ੁਰੂ ਕਰ ਦਿੰਦੀ ਹਾਂ। ਅਤੇ ਜੇ ਮੇਰਾ ਆਪਣਾ ਮੂਡ ਹੋਵੇ ਅੱਜ ਧੋਣੇ ਆ, ਨਹੀਂ ਧੋਣੇ, ਫਿਰ ਮੈਂ ਥੋੜ੍ਹਾ ਜਿਹਾ ਟਾਈਮ ਲਗਾ ਦਿੰਦੀ ਹਾਂ ਹਨਾ, ਚੱਲ ਛੱਡ ਪਰੇ ਕੱਲ੍ਹ ਧੋ ਲਾਂਗੇ। ਅਤੇ ਹੁਣ ਮੈਂ ਬਸ ਸਵੇਰੇ ਸਵੇਰੇ ਮਸ਼ੀਨ ਲਗਾ ਕੇ, ਹਜੇ ਚਾਹ ਨਹੀਂ ਪੀਤੀ ਸੀਗੀ, ਮੈਂ ਕਿਹਾ ਪਹਿਲਾਂ ਮਸ਼ੀਨ ਦਾ ਕੰਮ ਕਰ ਲੈਂਦੀ ਹਾਂ। 7 ਵਜੇ ਦਾ ਟਾਈਮ ਹੈਗਾ, ਜ਼ਿਆਦਾ ਨਹੀਂ ਟਾਈਮ ਹੈਗਾ। ਅਤੇ ਪਾਣੀ ਚਲਦੇ ਚਲਦੇ ਮੈਂ ਕੱਪੜੇ ਵੀ ਧੋਤੇ ਜਾਣਗੇ ਹਨਾ, ਅਤੇ ਨਾਲ ਜਿਹੜੇ ਵੀ ਕੱਪੜੇ ਲੈ ਕੇ ਗਏ ਸੀ ਉਹ ਵੀ ਧੋਤੇ ਜਾਣਗੇ। ਪਲੱਸ ਜਿਹੜੀ ਪਿੱਛੇ ਹਨਾ ਅਸੀਂ ਛੱਤ ਪੁਆਈ ਹੈਗੀ ਹੈ ਹਨਾ, ਮਿੱਟੀ ਮਿੱਟੀ ਹੋਈ ਪਈ ਸੀ ਸਮਾਨ 'ਤੇ, ਮੈਂ ਕਿਹਾ ਉਹ ਵੀ ਸਾਫ਼ ਕਰ ਦੂੰਗੀ, ਲੱਗਦੇ ਹੱਥ ਸਾਰਾ ਕੰਮ ਹੋ ਜੂਗਾ। ਅਤੇ ਇਹ ਜਿਹੜਾ ਮਲਬਾ ਵਗੈਰਾ ਪਿਆ ਸੀ ਨਾ, ਅਤੇ ਉਹ ਚੱਕਵਾ ਰਹੇ ਸੀਗੇ, ਅਤੇ ਮੈਨੂੰ ਕਹਿੰਦੇ ਹੁਣੀ ਸਵੇਰੇ ਸਵੇਰੇ ਮੈਂ ਇਹਨਾਂ ਨੂੰ ਕਿਹਾ ਜਿਹੜਾ ਕੰਮ ਹੋ ਜਾਏ ਨਾ ਠੰਡੇ ਠੰਡੇ, ਅਤੇ ਵਧੀਆ ਰਹਿੰਦਾ ਹੈਗਾ। ਅਤੇ ਫਿਰ ਬਸ ਅਸੀਂ ਬਾਅਦ 'ਚੋਂ ਹੁਣ ਚਾਹ ਪੀਵਾਂਗੇ। ਅਸੀਂ ਇਹ ਪਲੈਨਿੰਗ ਆਪਣੇ ਦਿਮਾਗ ਦੇ ਵਿੱਚ ਕਰਕੇ ਆਪਣੇ ਆਪਣੇ ਕੰਮਾਂ ਦੇ ਵਿੱਚ ਬਿਜ਼ੀ ਹੋ ਗਏ। ਅਤੇ ਮੈਂ ਸਮਾਨ ਸਮੂਨ ਹਨਾ ਸਾਫ਼ ਕਰਨ ਲੱਗ ਗਈ। ਪਹਿਲਾਂ ਸੋਚਿਆ ਸੀ ਮੈਂ ਕੁਰਸੀਆਂ ਧੋ ਦਾਂ, ਫਿਰ ਮੈਂ ਕਿਹਾ ਅਸੀਂ ਕਿਹੜਾ ਰੋਜ਼ ਯੂਜ਼ ਕਰਨੀਆਂ ਹੁੰਦੀਆਂ ਹਨਾ, ਇਸ ਤਰ੍ਹਾਂ ਪੂੰਝ ਦਿੰਦੀ ਹਾਂ। ਅਤੇ ਜਦੋਂ ਇਸ ਗਰਾਜ ਨੂੰ ਸਾਫ਼ ਕਰੂੰਗੀ ਹਨਾ, ਸਟੋਰ ਰੂਮ ਨੂੰ ਸਾਫ਼ ਕਰੂੰਗੀ, ਫਿਰ ਅਸੀਂ ਧੋ ਦਾਂਗੇ ਮਾੜਾ ਮਾੜਾ ਜੇ ਮੂਡ ਬਣਿਆ ਤਾਂ ਹਨਾ। ਇੱਕ ਵਾਰੀ ਤਾਂ ਸਾਫ਼ ਸਫਾਈ ਕਰਨੀ ਬਹੁਤ ਜ਼ਰੂਰੀ ਹੈ। ਅਤੇ ਪਿੱਛੋਂ ਨਾ ਜੋ ਵੀ ਇਹ ਕੰਮ ਕਰਵਾਉਂਦੇ ਆ ਹਨਾ, ਇਹਨਾਂ ਨੂੰ ਇਹ ਹੋ ਜਾਂਦਾ ਵੀ ਚੱਲ ਆ ਕੇ ਖੁਸ਼ ਹੋ ਜੂਗੀ, ਪਰ ਜਿਹੜਾ ਇਹ ਉੱਪਰ ਵਾਲਾ ਕੰਮ ਹੈ ਨਾ, ਇਹ ਜ਼ਿਆਦਾ ਕਰਨਾ ਔਖਾ ਹੈ। ਮੈਂ ਇਹਨਾਂ ਨੂੰ ਕਿਹਾ ਸੀ, ਮੈਂ ਕਿਹਾ ਮਤਲਬ ਛੱਤ ਆਪਾਂ ਪੁਆਵਾਂਗੇ, ਪਰ ਥੋੜ੍ਹਾ ਜਿਹਾ ਮੌਸਮ ਠੰਡਾ ਹੋ ਜਾਂਦੋ, ਅਤੇ ਚਲੋ ਕੋਈ ਗੱਲ ਨਹੀਂ, ਜੋ ਵੀ ਹੁੰਦਾ ਅੱਛੇ ਵਾਸਤੇ ਹੀ ਹੁੰਦਾ। ਅਤੇ ਬੈਗ ਵੀ ਮੈਂ ਆਪਣਾ ਖਾਲੀ ਨਹੀਂ ਕੀਤਾ ਸੀਗਾ, ਕਿਉਂਕਿ ਬੈਗ ਇਸ ਤਰ੍ਹਾਂ ਹੀ ਰੱਖਤਾ ਸੀਗਾ ਮੈਂ। ਮੈਂ ਕਿਹਾ ਫਿਰ ਕੱਪੜੇ ਖਾਲੀ ਕਰਕੇ ਮਸ਼ੀਨ ਦੇ ਵਿੱਚ ਹੀ ਆਪਾਂ ਰੱਖਣੇ ਹੁੰਦੇ, ਜਦੋਂ ਧੋਊਂਗੀ ਉਦੋਂ ਕੱਢ ਲੂੰਗੀ ਹਨਾ। ਅਤੇ ਬਾਕੀ ਜਿਹੜੇ ਧੋਣ ਵਾਲੇ ਕੱਪੜੇ ਸੀ ਮੈਂ ਉਹ ਅਲੱਗ ਲਿਫਾਫੇ ਦੇ ਵਿੱਚ ਰੱਖੀ ਗਈ ਸੀਗੀ ਹਨਾ, ਬੈਗ ਦੇ ਵਿੱਚ ਹੀ।
ਸਮਾਨ ਕੁਛ ਵੀ ਨਾਲ ਲੈ ਕੇ ਗਈ ਸੀ, ਫਿਰ ਵੀ ਥੋੜ੍ਹਾ ਥੋੜ੍ਹਾ ਕਰਦਾ ਕਰਦੇ ਇੰਨਾ ਸਮਾਨ ਹੋ ਜਾਂਦਾ ਬਹੁਤ ਹੀ ਜ਼ਿਆਦਾ। ਅਤੇ ਜਿਸ ਤਰ੍ਹਾਂ ਮੈਂ ਹੈ ਨਾ ਇੱਕ ਦੋ ਦਿਨ ਹੀ ਗਈ ਹਾਂ, ਸ਼ਨੀਵਾਰ ਗਈ ਹਾਂ ਅਤੇ ਮੰਗਲਵਾਰ ਸਵੇਰੇ ਆ ਗਈ, ਹੈ ਨਾ ਦੋ ਦਿਨ ਹੀ ਲਾਏ ਆ, ਸ਼ਨੀਵਾਰ ਐਤਵਾਰ ਅਤੇ ਸੋਮਵਾਰ, ਹਾਂ ਦੋ ਦਿਨ ਹੀ ਲਾਏ ਆ ਮੈਂ। ਸ਼ਨੀਵਾਰ ਤਾਂ ਰਾਤ ਨੂੰ ਗਈ ਸੀ ਅਤੇ ਮੰਗਲਵਾਰ ਸਵੇਰੇ ਆ ਗਈ ਮੈਂ। ਅਤੇ ਇੰਨੇ 'ਚ ਭਾਈ ਆ ਕੇ ਐਂ ਲੱਗਦਾ ਹੈ ਨਾ ਘਰ ਦੀ ਹਰੇਕ ਚੀਜ਼ ਸਾਨੂੰ ਅਲੱਗ ਜਿਹੀ ਨਜ਼ਰ ਆਉਣ ਲੱਗ ਜਾਂਦੀ, ਅੱਛੀ ਲੱਗਣ ਲੱਗ ਜਾਂਦੀ ਹੈ। ਅਤੇ ਮੈਂ ਆਪਣੇ ਬਸ ਹੁਣ ਕੱਪੜੇ ਸੁੱਕਣੇ ਪਾ ਰਹੀ ਹਾਂ, ਕੱਪੜੇ ਸਾਡੇ ਧੋਤੇ ਗਏ ਹੈ ਨਾ ਗੱਲਾਂ ਗੱਲਾਂ ਦੇ ਵਿੱਚ, ਹੱਥਾਂ ਵਾਲੇ ਵੀ ਸੂਟ ਚੁੰਨੀਆਂ ਹੈ ਨਾ, ਅਤੇ ਸਾਰੇ ਕੱਪੜੇ ਮੈਂ ਦੇਖ ਲਓ ਧੋਤੇ। ਅਤੇ ਟਾਈਮ ਹਜੇ 8:15 ਦਾ ਹੀ ਹੋਇਆ ਅਤੇ ਮੌਸਮ ਅੱਜ ਇੰਨਾ ਵਧੀਆ ਹੋਇਆ ਪਿਆ ਚੰਡੀਗੜ੍ਹ ਦਾ ਬਹੁਤ ਹੀ ਜ਼ਿਆਦਾ। ਇਹ ਦੇਖ ਲਓ ਹੈ ਨਾ ਬੱਦਲ ਵਾਈ ਜੀ ਔਰ ਹਵਾ ਵੀ ਠੰਡੀ, ਹਵਾ ਵੀ ਇਹ ਨਹੀਂ ਕਿ ਗਰਮ ਹੈ ਨਾ, ਠੰਡੀ ਠੰਡੀ ਹਵਾ ਚੱਲ ਰਹੀ ਹੈ। ਅਤੇ ਤੁਸੀਂ ਮੈਨੂੰ ਜ਼ਰੂਰ ਦੱਸਿਓ ਕਿ ਜਿੱਥੇ ਜਿੱਥੋਂ ਵੀ ਤੁਸੀਂ ਜਿੱਥੋਂ ਜਿੱਥੋਂ ਵੀ ਸਾਡਾ ਵਲੋਗ ਦੇਖਦੇ ਹੋ ਹੈ ਨਾ, ਅਤੇ ਤੁਹਾਡੇ ਉੱਥੇ ਮੌਸਮ ਕਿਵੇਂ ਚੇਂਜ ਹੋਇਆ ਕਿ ਨਹੀਂ ਹੋਇਆ। ਇੱਥੇ ਚੰਡੀਗੜ੍ਹ ਤਾਂ ਹੋ ਗਿਆ ਹੈ ਨਾ, ਕਿਉਂਕਿ ਮੈਂ ਜੋ ਆਈ ਹਾਂ ਘੁੰਮ ਕੇ ਹੈ ਨਾ, ਰੱਬ ਵੀ ਖੁਸ਼ ਹੋ ਗਿਆ। ਐਵੇਂ ਮਜ਼ਾਕ ਕਰਦੀ ਹਾਂ ਹੈ ਨਾ। ਲਓ ਜੀ ਹੁਣ ਆਪਾਂ ਆ ਕੇ ਅੰਦਰ ਆ ਕੇ ਚਾਹ ਬਣਾਵਾਂਗੇ ਅਤੇ ਨਾਲ ਆਪਾਂ ਖਾਵਾਂਗੇ ਰਸ। ਬਸ ਚਾਹ ਦਾ ਇੰਤਜ਼ਾਰ ਹੁੰਦਾ। ਕਈ ਵਾਰ ਮੇਰਾ ਮਨ ਐਂ ਕਰਦਾ ਕਿ ਚਾਹ ਵੀ ਨਾ ਬਣੀ ਬਣਾਈ ਮਿਲ ਜਾਵੇ, ਪਰ ਨਹੀਂ ਹੈ ਨਾ, ਆਪਦੇ ਹੱਥ ਨਾਲ। ਇਹਨਾਂ ਨੇ ਮੈਨੂੰ ਪਤਾ ਕੀ ਕਿਹਾ ਸੀ ਫੋਨ 'ਤੇ, ਮੈਂ ਤਾਂ ਫਟਾਫਟ ਭੱਜੀ ਆਈ, ਨਹੀਂ ਤਾਂ ਮੈਂ ਆਪਣੇ ਫਰੈਂਡਸ ਦੇ ਨਾਲ ਹੀ ਆਉਣਾ ਸੀਗਾ। ਮੈਨੂੰ ਕਹਿੰਦੇ ਮੈਂ ਤਾਂ ਤੇਰੇ ਪਿੱਛੋਂ ਚਾਹ ਵੀ ਨਹੀਂ ਪੀਤੀ। ਮੈਂ ਕਿਹਾ ਲੈ, ਮੈਂ ਕੋਈ ਨਾ ਮੈਂ ਆਈ ਹੈ ਨਾ, ਅਤੇ ਆਪਾਂ ਇਕੱਠੀ ਬਹਿ ਕੇ ਸਵੇਰੇ ਚਾਹ ਪੀਵਾਂਗੇ। ਰਾਤ ਨੂੰ ਇਹਨਾਂ ਨੇ ਗੱਲ ਕੀਤੀ, ਅਗਲੇ ਦਿਨ ਸਵੇਰੇ ਮੈਂ 5:00 ਪਹੁੰਚ ਗਈ ਹੈ ਨਾ। ਅਤੇ ਐਂ ਤਾਂ ਆਪਾਂ ਫੁਰਤੀ ਵਾਲੇ ਬੰਦੇ ਹਾਂ ਹੈ ਨਾ, ਫੁਰਤੀ ਮਾਰਨੀ ਚਾਹੀਦੀ ਹੈ। ਅਤੇ ਜਦੋਂ ਕਹਿੰਦੇ ਆ ਨਾ ਸਾਨੂੰ ਸਾਡੀ ਵੈਲਿਊ ਦਾ ਪਤਾ ਚੱਲ ਜਾਂਦਾ ਨਾ, ਫਿਰ ਆਪਣੇ ਕੋਲ ਕੰਟਰੋਲ ਨਹੀਂ ਹੁੰਦਾ ਹੈ ਨਾ, ਫਿਰ ਆਪਾਂ ਆਪਦੀ ਤਾਰੀਫ ਸੁਣ ਕੇ ਆ ਜਾਂਦੇ ਹਾਂ ਵਾਪਸ। ਦੇਖ ਲਓ ਮੈਂ ਜੰਮੂ ਤੋਂ ਫਟਾਫਟ ਕਿਵੇਂ ਵਾਪਸ ਆ ਗਈ ਹੈ ਨਾ, ਪਹਿਲੀ ਵਾਰ ਸਲੀਪਰ ਵਾਸਤੇ। ਵੈਸੇ ਤਾਂ ਬੈਠ ਕੇ ਜਾਈਦਾ ਹੈ ਨਾ, ਜਿਵੇਂ ਟਿਕਟ ਬੁੱਕ ਕਰਾ ਦਿੰਦੇ ਆ ਹੈ ਨਾ, ਅਤੇ ਜਿਵੇਂ ਆਪਾਂ ਨੂੰ ਡੀਲੈਕਸ ਬੱਸਾਂ ਦੇ ਵਿੱਚ ਸਿੰਗਲ ਸੀਟ ਮਿਲਦੀ ਹੈ ਨਾ, ਅਤੇ ਆਪਾਂ ਵਾਰ ਵਾਰ ਹੈ ਨਾ ਖਿੜਕੀ ਖੋਲ੍ਹ ਖੋਲ੍ਹ ਕੇ ਦੇਖਦੇ ਹਾਂ ਕਿਹੜਾ ਸਟੇਸ਼ਨ ਆਊਗਾ ਹੈ ਨਾ, ਪਹਿਲਾਂ ਕਿਹੜਾ ਆਊਗਾ, ਹੁਣ ਕਿਹੜਾ ਲੰਘ ਗਿਆ, ਹੁਣ ਕਿੰਨਾ ਰਸਤਾ ਰਹਿ ਗਿਆ। ਪਰ ਇੱਕ ਗੱਲ ਹੈ, ਸਲੀਪਰ ਬੱਸ ਦੇ ਵਿੱਚ ਬਿਲਕੁਲ ਵੀ ਨਹੀਂ ਮੈਨੂੰ ਪਤਾ ਚੱਲਿਆ ਕਿ ਮੈਂ ਜੰਮੂ ਤੋਂ ਚੰਡੀਗੜ੍ਹ ਕਦੋਂ ਪਹੁੰਚ ਗਈ। ਅਤੇ ਸਵੇਰੇ ਜਦੋਂ ਉਹ ਮਤਲਬ ਸਪੀਕਰ ਉਹਨਾਂ ਨੇ ਲਾਏ ਹੁੰਦੇ ਛੋਟੇ ਛੋਟੇ ਜਿਹੇ, ਉਹਦੇ ਵਿੱਚ ਦੱਸ ਦਿੰਦੇ ਆ ਕਿ ਹੁਣ ਚੰਡੀਗੜ੍ਹ ਆ ਗਿਆ ਹੈ ਨਾ, ਹੁਣ ਆਹ ਫਲਾਣਾ ਸ਼ਹਿਰ ਆ ਗਿਆ। ਅਤੇ ਬਹੁਤ ਆਸਾਨ ਹੈ ਕੰਮ ਇਹ ਵਾਲਾ ਹੈ ਨਾ, ਸਲੀਪਰ ਬੱਸ ਨਾਲ ਤਾਂ ਰਾਤੋਂ ਰਾਤ ਸਾਡਾ ਸਫ਼ਰ ਤੈਅ ਹੋ ਜਾਂਦਾ, ਰਾਤ ਦਾ ਸਫ਼ਰ ਸਭ ਤੋਂ ਵਧੀਆ ਹੁੰਦਾ। ਅਤੇ ਮੈਂ ਤਾਂ ਹੁਣ ਤੱਕ, ਮੈਨੂੰ ਕਹਿ ਦਿੰਦੇ ਸੀ ਰਾਤ ਦਾ ਸਫ਼ਰ ਨਹੀਂ ਕਰਨਾ ਚਾਹੀਦਾ, ਅਤੇ ਲਓ ਜੀ ਹੁਣ ਬਹੁਤ ਜ਼ਿਆਦਾ ਸਫ਼ਰ ਦੀਆਂ ਗੱਲਾਂ ਹੋ ਗਈਆਂ। ਹੁਣ ਆਪਾਂ ਬਣਾਵਾਂਗੇ ਦੁੱਧ, ਫਟ ਚੁੱਕਿਆ ਸੀ, ਫਾੜ ਵੀ ਦਿੱਤਾ ਔਰ ਫਟ ਵੀ ਚੁੱਕਿਆ ਸੀ ਹੈ ਨਾ, ਥੋੜ੍ਹਾ ਜਿਹਾ ਖੱਟਾ ਹੋ ਗਿਆ ਸੀ, ਫਿਰ ਉਹਨੂੰ ਮੈਂ ਫਾੜਤਾ, ਕਹਿਣ ਦਾ ਇਹ ਮਤਲਬ ਹੈ। ਅਤੇ ਘਰ ਦੇ ਵਿੱਚ ਜਿਵੇਂ ਆਪਾਂ ਦੁੱਧ ਫਾੜਦੇ ਹਾਂ ਹੈ ਨਾ, ਅਤੇ ਭੁਰਜੀ ਨਾ ਲਿੱਸੀ ਲਿੱਸੀ ਜਿਹੀ ਬਣ ਜਾਂਦੀ ਹੈ, ਅਤੇ ਉਹਦੇ ਵਿੱਚ ਆਪਾਂ ਕੀ ਪਾਵਾਂਗੇ, ਬੇਸਣ, ਠੀਕ ਹੈ। ਇੱਕ ਚਮਚਾ ਮਸਾਲੇ ਦੇ ਵਿੱਚ ਬੇਸਣ ਪਾ ਦਾਂਗੇ ਅਤੇ ਸਾਡੀ ਭੁਰਜੀ ਇਸ ਤਰ੍ਹਾਂ ਬਣੂਗੀ ਜਿਵੇਂ ਆਪਾਂ ਬਾਹਰਲਾ ਪਨੀਰ ਲਿਆ ਕੇ ਭੁਰਜੀ ਬਣਾਈ ਹੁੰਦੀ ਹੈ ਨਾ। ਅਤੇ ਕਈਆਂ ਨੂੰ ਢਿੱਲੀ ਢਿੱਲੀ ਜਿਹੀ ਭੁਰਜੀ ਪਸੰਦ ਹੈ, ਪਰ ਇਹਨਾਂ ਨੂੰ ਨਹੀਂ ਹੈ ਨਾ, ਅਸੀਂ ਇਸ ਤਰ੍ਹਾਂ ਦੀ ਭੁਰਜੀ ਨਹੀਂ ਖਾਂਦੇ। ਅਤੇ ਹੁਣ ਜਿਵੇਂ ਮੈਂ ਦਿਖਾ ਰਹੀ ਹਾਂ ਤੁਹਾਨੂੰ, ਆਟਾ ਡਰੰਮ ਦੇ ਵਿੱਚੋਂ ਖਤਮ ਹੋ ਗਿਆ ਹੈ ਨਾ, ਅਤੇ ਐਂ ਨਹੀਂ ਕਹੀਦਾ ਹੁੰਦਾ ਹੈ ਨਾ, ਪਤਾ ਨਹੀਂ ਕਹੀਦਾ ਹੁੰਦਾ ਕਿ ਨਹੀਂ। ਅਤੇ ਆਟਾ ਮੈਨੂੰ ਕਹਿੰਦੇ ਸੀ ਮੈਂ ਪਿੱਛੋਂ ਲਿਆਊਂਗਾ, ਪਰ ਕਿੱਥੇ ਬੰਦੀਆਂ ਹੈ ਨਾ, ਬੰਦਿਆਂ ਦੇ ਵੱਸ ਦੀ ਗੱਲ ਥੋੜ੍ਹੀ ਹੁੰਦੀ ਜੋ ਅਸੀਂ ਕਰ ਲੈਂਦੇ ਹਾਂ ਕੰਮ। ਅਤੇ ਫਿਰ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਆਟਾ ਹੁਣ ਕੱਢ ਲਿਆ ਅਤੇ ਥੋੜ੍ਹਾ ਜਿਹਾ ਮੈਂ ਅੱਜ ਪਾਊਂਗੀ ਬੇਸਣ ਹੈ ਨਾ, ਥੱਲੇ ਵਾਲਾ ਆਟਾ ਨਾ ਮੈਨੂੰ ਅੱਛਾ ਨਹੀਂ ਲੱਗਦਾ ਡਰੰਮ ਵਾਲਾ ਹੁਣ, ਉਹਦੇ ਵਿੱਚ ਫਿਰ ਮੈਂ ਥੋੜ੍ਹਾ ਜਿਹਾ ਕੋਈ ਆਟਾ ਮਿਕਸ ਕਰ ਲੈਂਦੀ ਹਾਂ ਅਤੇ ਬੇਸਣ ਹੀ ਮਿਕਸ ਕਰਨਾ ਚਾਹੀਦਾ। ਅਤੇ ਬਹੁਤ ਵਧੀਆ ਕੁਰਕਰੀ ਰੋਟੀ, ਤੁਸੀਂ ਕਹੋਗੇ ਪਨੀਰ ਦੇ ਵਿੱਚ ਵੀ ਬੇਸਣ, ਆਟੇ ਦੇ ਵਿੱਚ ਵੀ ਬੇਸਣ, ਤੁਸੀਂ ਬਣਾ ਕੇ ਜ਼ਰੂਰ ਖਾ ਕੇ ਦੇਖਿਓ, ਠੀਕ ਹੈ। ਇਸ ਤਰ੍ਹਾਂ ਭੁਰਜੀ ਜਦੋਂ ਵੀ ਆਪਾਂ ਘਰੇ ਪਨੀਰ ਫਾੜਦੇ ਹਾਂ, ਠੀਕ ਹੈ, ਦੁੱਧ ਨੂੰ ਫਾੜਦੇ ਹਾਂ ਸੱਚ,
ਅਤੇ ਲਓ ਜੀ ਸਾਡੀ ਭੁਰਜੀ ਦੇਖ ਲਓ ਹੈ ਨਾ, ਹਜੇ ਹੋਰ ਥੋੜ੍ਹੀ ਜਿਹੀ ਸਖਤ ਹੋ ਜੂਗੀ ਅਤੇ ਬਹੁਤ ਵਧੀਆ ਮਤਲਬ ਠੀਕ ਹੋ ਜੂਗੀ ਜਿਵੇਂ ਹੋਣੀ ਚਾਹੀਦੀ ਹੈ। ਅਤੇ ਆਟਾ ਗੁੰਨ ਲਿਆ ਹੋਇਆ, ਆਟੇ ਦਾ ਰੰਗ ਦੇਖ ਲਓ ਕਿੰਨਾ ਸੋਹਣਾ ਆਇਆ, ਥੋੜ੍ਹਾ ਜਿਹਾ ਮੈਂ ਬੇਸਣ ਪਾਇਆ ਸੀ, ਉਹ ਰੋਟੀ ਵੀ ਇੰਨੀ ਕੁਰਕੁਰੀ ਮਜ਼ੇਦਾਰ ਬਣਦੀ ਹੈ, ਬਹੁਤ ਹੀ ਵਧੀਆ। ਅਤੇ ਲਓ ਜੀ ਹੁਣ ਆਪਾਂ ਖਾਣਾ ਵਗੈਰਾ ਰੈਡੀ ਕਰਤਾ ਹੋਇਆ ਹੈ ਨਾ, ਅਤੇ ਹੁਣ ਬਸ ਥੋੜ੍ਹਾ ਬਹੁਤਾ ਕੰਮ ਰਹਿ ਗਿਆ, ਜ਼ਿਆਦਾ ਨਹੀਂ, ਕਿਉਂਕਿ ਸਵੇਰੇ ਸਵੇਰੇ ਉੱਠ ਕੇ ਜਿਹੜਾ ਕੰਮ ਨਿਬੜ ਜੇ ਅਤੇ ਉਹ ਨਿਬੜ ਜਾਂਦਾ ਹੁੰਦਾ। ਕੱਲ੍ਹ ਮੈਂ ਭਾਈ ਰਾਤ ਨੂੰ ਨਹਾ ਲਈ, ਅੱਜ ਮੇਰਾ ਸਵੇਰੇ ਜਮਾਂ ਨਹੀਂ ਜੀ ਕੀਤਾ ਨਹਾਉਣ ਨੂੰ। ਅਤੇ ਕੁਛ ਆਪਾਂ ਨੂੰ ਇਹ ਹੁੰਦਾ ਹੈ ਨਾ ਵੀ ਆਪਾਂ ਸਾਰਾ ਕੰਮ ਇੰਨੇ ਦਿਨਾਂ ਬਾਅਦ ਕਰਨ ਲੱਗੇ ਹਾਂ ਹੈ ਨਾ, ਦੋ ਤਿੰਨ ਦਿਨਾਂ ਬਾਅਦ ਕਰਦਾ, ਫਿਰ ਆਰਾਮ ਨਾਲ ਨਹਾਵਾਂਗੇ। ਅਤੇ ਅੱਜ ਮੈਂ ਸ਼ਾਮ ਨੂੰ ਨਹਾਈ, ਪਤਾ, ਕਿਉਂਕਿ ਮੇਰਾ ਮਨ ਹੀ ਨਹੀਂ ਕੀਤਾ ਨਹਾਉਣ ਨੂੰ। ਅਤੇ ਇਸ ਤਰ੍ਹਾਂ ਲੱਗ ਰਿਹਾ ਸੀਗਾ ਵੀ ਮੈਂ ਆਹ ਵੀ ਕੰਮ ਕਰ ਲਾਂ, ਉਹ ਵੀ ਕੰਮ ਕਰ ਲਾਂ। ਅਤੇ ਲਓ ਜੀ ਹੁਣ ਸਾਹਿਬ ਜੀ ਆਪਣੇ ਆਪ ਰੋਟੀ ਪਾ ਰਹੇ, ਮੈਨੂੰ ਕਹਿੰਦੇ ਕੀ ਬਣਾਇਆ, ਮੈਂ ਕਿਹਾ ਪਨੀਰ ਦੀ ਭੁਰਜੀ, ਅਤੇ ਕਹਿੰਦੇ ਪਨੀਰ ਕੌਣ ਲਿਆ ਸੀ, ਮੈਂ ਕਿਹਾ ਸੀਮਾ ਤੋਂ ਮੰਗਵਾ ਲਿਆ ਸੀ, ਇਹਨਾਂ ਨੂੰ ਪਤਾ ਨਾ ਇਹ ਤਾਂ ਦੁਪਹਿਰੇ ਦੁਪਹਿਰੇ ਜਾਊਗੀ ਨਹੀਂ। ਅਤੇ ਫਿਰ ਮੈਂ ਬਾਅਦ 'ਚ ਦੱਸਿਆ, ਮੈਂ ਕਿਹਾ ਮੈਂ ਦੁੱਧ ਫਾੜਤਾ ਸੀ, ਫਿਰ ਪਨੀਰ ਬਣਾਇਆ ਸੀਗਾ। ਅਤੇ ਫਿਰ ਇਹਨਾਂ ਨੇ ਮੈਨੂੰ ਕਹਿੰਦੇ ਮੈਂ ਰੋਟੀ ਆਪੇ ਪਾ ਲੈਂਦਾ ਹੈ ਨਾ, ਅਤੇ ਮੈਂ ਕਿਹਾ ਚਲੋ ਠੀਕ ਹੈ ਵਧੀਆ। ਇਹਨਾਂ ਕੋਲ ਕੋਈ, ਫਿਰ ਇਹਨਾਂ ਦੇ ਫਰੈਂਡ ਆ ਗਏ ਸੀ, ਫਿਰ ਮੈਨੂੰ ਕਹਿੰਦੇ ਚਾਹ ਬਣਾ ਦੇ, ਪਹਿਲਾਂ ਮੈਂ ਇੱਕ ਕੱਪ, ਮੈਂ ਕਿਹਾ ਤੁਸੀਂ ਪੀਣੀ, ਮੈਨੂੰ ਕਹਿੰਦੇ ਮੈਂ ਤਾਂ ਰੋਟੀ ਖਾਧੀ ਹੈ। ਮੈਂ ਕਿਹਾ ਚਲੋ ਠੀਕ ਹੈ, ਫਿਰ ਮੈਂ ਸੋਚਿਆ ਮੈਂ ਕਿਹਾ ਹੈ ਨਾ ਨਾਲ ਬੈਠੇ ਆ, ਚਾਹ ਦਾ ਕੱਪ ਤਾਂ ਇਹਨਾਂ ਨੂੰ ਵੀ ਪੀਣਾ ਬਹੁਤ ਜ਼ਰੂਰੀ, ਇਕੱਲੇ ਬੰਦੇ ਨੂੰ ਤਾਂ ਚਾਹ ਦਿੰਦੇ ਅੱਛੇ ਵੀ ਨਹੀਂ ਲੱਗਦਾ। ਫਿਰ ਮੈਂ ਭਾਈ ਦੂਜਾ ਕੱਪ ਵੀ ਚੱਕ ਲਿਆ, ਮੈਂ ਕਿਹਾ ਚੱਲ ਦੂਜੇ ਕੱਪ ਦੇ ਵਿੱਚ ਵੀ ਚਾਹ ਪਾ ਲੈਂਦੀ ਹਾਂ ਹੈ ਨਾ। ਅਤੇ ਫਿਰ ਮਤਲਬ ਚਾਹ ਵਗੈਰਾ ਦੇ ਕੇ ਇਹਨਾਂ ਨੂੰ ਹੈ ਨਾ, ਅਤੇ ਮੈਂ ਥੋੜ੍ਹੀ ਦੇਰ ਲੇਟ ਗਈ ਸੀ, ਅੱਧਾ ਘੰਟਾ ਲੇਟ ਗਈ ਸੀ ਬਸ। ਫਿਰ ਮੈਂ ਹੈ ਨਾ, ਫਿਰ ਮੈਂ ਸ਼ਾਮ ਨੂੰ ਨਹਾਈ ਧੋਈ, ਆਪਦੇ ਕੱਪੜੇ ਕੁੱਪੜੇ ਬਦਲੇ ਹੈ ਨਾ। ਅਤੇ ਬਹੁਤ ਅੱਛਾ ਲੱਗਿਆ ਮੈਨੂੰ ਤੁਹਾਡੇ ਸਾਰਿਆਂ ਨਾਲ ਹੈ ਨਾ ਆਪਣੀ ਵੀਡੀਓ ਸ਼ੇਅਰ ਕਰਕੇ, ਅਤੇ ਬਹੁਤ ਅੱਛਾ ਲੱਗਿਆ। ਜੋ ਜੋ ਵੀ ਮੈਂ ਗੱਲਾਂ ਤੁਹਾਡੇ ਨਾਲ ਕਰਦੀ ਹਾਂ ਹੈ ਨਾ, ਜੋ ਵੀ ਮੇਰੇ ਮਨ ਦੇ ਵਿੱਚ ਹੁੰਦੀਆਂ ਤੁਹਾਡੇ ਨਾਲ ਕਰ ਲੈਂਦੀ ਹਾਂ, ਸਾਂਝੀਆਂ ਕਰ ਲੈਂਦੀ ਹਾਂ ਗੱਲਾਂ। ਔਰ ਇੱਕ ਗੱਲ ਦੱਸਾਂ, ਮੈਨੂੰ ਸ਼ੌਂਕ ਵੀ ਬਹੁਤ ਹੈ ਹੈ ਨਾ, ਮੈਂ ਵੀਡੀਓ ਬਣਾਵਾਂ, ਤੁਹਾਡੇ ਨਾਲ ਗੱਲਾਂ ਸ਼ੇਅਰ ਕਰਾਂ, ਹੈ ਨਾ, ਬਿਨਾਂ ਸ਼ੌਂਕ ਤੋਂ ਕੋਈ ਵੀ ਕੰਮ ਨਹੀਂ ਹੁੰਦਾ। ਅਤੇ ਲਓ ਜੀ ਹੁਣ ਆਪਾਂ ਭੁਜੀਆ ਪਾ ਲਿਆ ਕੋਲੀ ਦੇ ਵਿੱਚ, ਅਤੇ ਨਾਲ ਆਪਾਂ ਰੱਖ ਲਈ ਚਾਹ, ਤੁਸੀਂ ਵੀ ਪੀ ਲਓ ਗਰਮਾ ਗਰਮ ਚਾਹ। ਮੈਨੂੰ ਛੋਟੇ ਛੋਟੇ ਪੈਕਟ ਹੀ ਲਿਆਉਣੇ ਪਸੰਦ ਹੈ ਭੁਜੀਏ ਦੇ ਹੈ ਨਾ, ਅਤੇ ਇੱਕ ਤਾਂ ਅਲੱਗ ਅਲੱਗ ਵਰਾਇਟੀ ਆ ਜਾਂਦੀ ਹੈ ਔਰ ਅੱਛੀ ਵੀ ਲੱਗਦੀ ਹੈ ਨਾ, ਭੁਜੀਆ ਇਹ ਰੱਖਿਆ ਵੀ ਅੱਛਾ ਲੱਗਦਾ। ਤੁਸੀਂ ਵੀ ਮੈਨੂੰ ਜ਼ਰੂਰ ਦੱਸਿਓ, ਠੀਕ ਹੈ। ਕਿ ਤੁਸੀਂ ਵੀ ਛੋਟੇ ਛੋਟੇ ਮੇਰੇ ਵਾਂਗੂ ਪੈਕਟ ਖਾਂਦੇ ਹੋ ਭੁਜੀਏ ਦੇ? ਮੈਨੂੰ ਬਹੁਤ, ਮੈਨੂੰ ਕਈ ਵਾਰ ਕਹਿ ਦਿੰਦੇ ਆ, ਹੁਣ ਪਿੱਛੇ ਜਦੋਂ ਅਸੀਂ ਜਿਵੇਂ ਸਮਾਨ ਲਿਆਏ ਸੀ ਹੈ ਨਾ, ਅਤੇ ਵੱਡੇ ਵੱਡੇ ਪੈਕਟ ਜਿਹੇ ਲਿਆਏ ਸੀ ਭੁਜੀਏ ਦੇ, ਭਾਈ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਇੱਕੋ ਭੁਜੀਆ ਖਾ ਖਾ ਕੇ ਬੰਦਾ ਅੱਕ ਜਾਂਦਾ ਹੈ ਨਾ, ਅਤੇ ਛੋਟੇ ਛੋਟੇ ਪੈਕਟ ਠੀਕ ਰਹਿੰਦੇ ਹੈਗੇ ਆ, ਅਤੇ ਬਹੁਤ ਵਧੀਆ ਲੱਗਦੀ ਹੈ, ਅਲੱਗ ਅਲੱਗ ਵਰਾਇਟੀ ਹੋ ਜਾਂਦੀ ਹੈ, ਅਲੱਗ ਅਲੱਗ ਟੇਸਟ ਬਣ ਜਾਂਦੇ ਆ ਹੈ ਨਾ, ਅਤੇ ਚਾਹੇ ਤੁਸੀਂ ਭੇਲਪੁਰੀ ਬਣਾ ਕੇ ਖਾ ਲਓ, ਚਾਹੇ ਐਂ ਖਾ ਲਓ ਹੈ ਨਾ। ਅਤੇ ਬੱਚਿਆਂ ਵਾਂਗੂ ਮਨ ਬਣਾਉਣਾ ਚਾਹੀਦਾ ਹੈ ਨਾ, ਤਾਂ ਹੀ ਕਹਿੰਦੇ ਨਾ ਦਿਲ ਤੋਂ ਕੱਚਾ ਹੈ ਜੀ, ਥੋੜ੍ਹਾ ਕੱਚਾ ਹੈ ਜੀ ਹੈ ਨਾ। ਅਤੇ ਮੇਰੀਆਂ ਗੱਲਾਂ ਤੁਹਾਨੂੰ ਕਿਵੇਂ ਲੱਗਦੀਆਂ ਮੈਨੂੰ ਦੱਸ ਦਿਆ ਕਰੋ, ਠੀਕ ਹੈ। ਮੈਂ ਤਾਂ ਇਸ ਤਰ੍ਹਾਂ ਹੀ ਮਸਤੀ ਮਾਰਦੀ ਰਹਿੰਦੀ ਹਾਂ ਹੈ ਨਾ, ਅਤੇ ਇਸ ਤਰ੍ਹਾਂ ਹੀ ਮਾਰਦੀ ਰਹਾਂ ਹੈ ਨਾ। ਅਤੇ ਹਮੇਸ਼ਾ ਕਹਿੰਦੇ ਨਾ ਆਪਣੇ ਦਿਲ ਨੂੰ ਹਮੇਸ਼ਾ ਤੁਸੀਂ ਜ਼ਿੰਦਾ ਰੱਖੋ ਹੈ ਨਾ, ਅਤੇ ਇੰਜੋਏ ਕਰੋ ਲਾਈਫ ਦਾ। ਅਤੇ ਹੋਰ ਕੁਛ ਵੀ ਨਹੀਂ ਪਈ ਪਿਆ ਲਾਈਫ ਦੇ ਵਿੱਚ, ਟੈਨਸ਼ਨਾਂ ਹੀ ਟੈਨਸ਼ਨਾਂ ਪਈਆਂ। ਅਗਰ ਅਸੀਂ ਪਿਛਲੀ ਜ਼ਿੰਦਗੀ ਇੱਧਰ ਉੱਧਰ ਦੇਖਾਂਗੇ ਨਾ, ਸਾਡੇ ਨਾਲ ਉਹਨੇ ਐਂ ਕਿਉਂ ਕੀਤਾ, ਸਾਡੇ ਨਾਲ ਉਹਨੇ ਐਂ ਕਿਉਂ ਕੀਤਾ। ਸਭ ਗੱਲਾਂ ਛੱਡ ਕੇ ਆਪਣੀ ਲਾਈਫ ਨੂੰ ਇੰਜੋਏ ਕਰੋ ਹੈ ਨਾ। ਅਤੇ ਕਈ ਚੀਜ਼ਾਂ ਮੈਂ ਤੁਹਾਨੂੰ ਸੱਚ ਦੱਸ ਦਿੰਦੀ ਹਾਂ, ਕਈ ਚੀਜ਼ਾਂ ਨਾ ਮੇਰੀਆਂ ਚੀਜ਼ਾਂ ਦੇਖ ਕੇ, ਮੇਰੀ ਹਿੰਮਤ ਦੇਖ ਕੇ ਮੇਰੇ ਹਸਬੈਂਡ ਕਹਿੰਦੇ ਅਗਰ ਤੂੰ ਇਹ ਕਰ ਸਕਦੀ ਹੈ ਮੈਂ ਕਿਉਂ ਨਹੀਂ ਇਹ ਕਰ ਸਕਦਾ ਹੈ ਨਾ। ਅਤੇ ਇਸ ਤਰ੍ਹਾਂ ਲਾਈਫ ਦੇ ਵਿੱਚ ਹੋਣਾ ਚਾਹੀਦਾ। ਅਤੇ ਜੋ ਕੰਮ ਨਹੀਂ ਆਪਾਂ ਕਰ ਸਕਦੇ ਹੈ ਨਾ, ਉਹ ਆਪਾਂ ਨੂੰ ਕਰਨਾ ਚਾਹੀਦਾ। ਇੱਕ ਅੰਦਰ ਜਿੱਦ ਬਣਾ ਕੇ ਰੱਖਣੀ ਚਾਹੀਦੀ ਹੈ ਕਿ ਅਸੀਂ ਇਹ ਕੰਮ ਕਿਉਂ ਨਹੀਂ ਕਰ ਸਕਦੇ ਹੈ ਨਾ। ਅਤੇ ਜਿਵੇਂ ਮੰਨ ਲਓ ਉੱਥੇ ਨਾ ਮੈਂ ਤੁਹਾਨੂੰ ਦੱਸਦੀ ਹਾਂ,
ਉੱਥੇ ਨਾ ਯਾਤਰਾ ਅਸੀਂ ਸੋਚ ਰਹੇ ਹਾਂ, ਸਾਡੀਆਂ ਲੱਤਾਂ ਵੀ ਹੈ ਰੱਬ ਨੇ ਦਿੱਤੀਆਂ ਹਨਾ, ਸਾਡੇ ਹੱਥ ਪੈਰ ਵੀ ਸਹੀ ਸਲਾਮਤ ਹੈ, ਤੇ ਅਸੀਂ ਯਾਤਰਾ ਫੇਰ ਵੀ ਨਹੀਂ ਕਰ ਸਕਦੇ ਹਨਾ, ਵਧੀਆ ਆਪਾਂ ਖਾਂਦੇ ਹਾਂ ਵਧੀਆ ਪੀਂਦੇ ਹਾਂ। ਤੇ ਉੱਥੇ ਮੈਂ ਤੁਹਾਨੂੰ ਦੱਸਾਂ, ਮਤਲਬ ਕਈ ਐਸੇ ਸੀਗੇ ਇਨਸਾਨ ਜਿਨ੍ਹਾਂ ਦੇ ਲੱਤਾਂ ਵੀ ਨਹੀਂ ਸੀ, ਉਹ ਇਸ ਤਰ੍ਹਾਂ ਪੈਰਾਂ ਨੂੰ ਹੱਥਾਂ ਨੂੰ ਘਸੀਟ ਕੇ ਗੋਡਿਆਂ ਨੂੰ ਘਸੀਟ ਕੇ ਚੱਲ ਰਹੇ ਸੀ। ਕਹਿੰਦੇ ਨਾ ਹਮੇਸ਼ਾ ਆਪਣੇ ਤੋਂ ਨੀਚੇ ਵਾਲੇ ਨੂੰ ਦੇਖੋ ਹਨਾ, ਫਿਰ ਸਾਨੂੰ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ ਹੈ। ਸੋ ਜੋ ਵੀ ਮੇਰੀ ਲਾਈਫ ਦੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਹਨਾ, ਜੋ ਹੋਇਆ ਹੁੰਦਾ ਬਸ ਮੈਂ ਉਹੀ ਚੀਜ਼ਾਂ ਸ਼ੇਅਰ ਕਰਦੀ ਹਾਂ, ਠੀਕ ਹੈ। ਅਤੇ ਇਸ ਤਰ੍ਹਾਂ ਹੀ ਸਟਰੋਂਗ ਬਣ ਜਾਓ ਹਨਾ, ਅਤੇ ਆਪਣੇ ਆਪ ਨੂੰ ਇੰਨਾ ਸਟਰੋਂਗ ਸਮਝੋ, ਬਣਾਉਣਾ ਨਹੀਂ ਹੁੰਦਾ ਬੋਡੀ ਨੂੰ ਕਦੇ ਵੀ ਆਪਾਂ ਸਟਰੋਂਗ ਬਣਾਉਣਾ, ਨਾ ਹੀ ਬੋਡੀ ਬਣ ਸਕਦੀ ਹੈ। ਔਰ ਆਪਾਂ ਸੋਚੀਏ ਨਾ, ਆਪਾਂ ਤਾਕਤ ਦੀ ਚੀਜ਼ਾਂ ਆਹ ਖਾ ਲਾਂਗੇ, ਆਹ ਖਾ ਲਾਂਗੇ, ਆਹ ਖਾ ਲਾਂਗੇ, ਆਹ ਖਾ ਲਾਂਗੇ ਹਨਾ, ਸਟਰੋਂਗ ਬਣ ਜਾਂਗੇ, ਐਸਾ ਕੁਛ ਨਹੀਂ ਹੁੰਦਾ ਹਨਾ। ਸਟਰੋਂਗ ਸਿਰਫ ਇਸ ਨੂੰ ਬਣਾਉਣਾ ਪੈਂਦਾ ਹੈ, ਬਸ ਇਸ ਨੂੰ। ਕਹਿੰਦੇ ਇਹਦੇ ਪੇਚ ਢਿੱਲੇ ਹੋ ਗਏ ਤਾਂ ਸਾਰੀ ਬੋਡੀ ਆਪਣੀ ਢਿੱਲੀ ਹੈ, ਇਹਦੇ ਪੇਚ ਕੱਸੇ ਗਏ ਤੇ ਸਭ ਕੁਛ ਸਾਡਾ ਸਹੀ ਹੈ, ਠੀਕ ਹੈ। ਤੁਸੀਂ ਦੱਸੋ ਮੈਂ ਸਹੀ ਬੋਲ ਰਹੀ ਹਾਂ ਗਲਤ ਬੋਲ ਰਹੀ ਹਾਂ। ਓਕੇ ਜੀ, ਬਾਏ ਬਾਏ, ਕੱਲ੍ਹ ਨੂੰ ਫਿਰ ਮਿਲਾਂਗੇ। ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਊਗੀ, ਕੁਛ ਕੱਪੜੇ ਮੈਂ ਤੈਅ ਮਾਰਲੇ ਹੋਏ ਆ ਅਤੇ ਕੁਛ ਕੱਪੜੇ ਮੈਂ ਚੱਕ ਕੇ ਤੈਅ ਮਾਰੂੰਗੀ, ਅਤੇ ਫਿਰ ਆਪਾਂ ਕਿਚਨ ਦੇ ਵਿੱਚ ਵੜਾਂਗੇ, ਥੋੜ੍ਹਾ ਜਿਹਾ ਹਨਾ ਇੱਧਰ ਉੱਧਰ ਘੁੰਮ ਕੇ ਆਊਂਗੀ, ਫਿਰ ਉਸ ਤੋਂ ਬਾਅਦ ਗੁੱਡ ਨਾਈਟ, ਸਵੇਰੇ ਫਿਰ ਤੁਹਾਨੂੰ ਮਿਲ ਜਾਂਗੇ, ਠੀਕ ਹੈ। ਬਾਏ ਬਾਏ, ਵੀਡੀਓ ਮੈਨੂੰ ਜ਼ਰੂਰ ਦੱਸਿਓ, ਠੀਕ ਹੈ, ਕਿਸ ਤਰ੍ਹਾਂ ਬਣੀ ਹੈ, ਅਤੇ ਜਿਹੜੀ ਮੈਂ ਵੀਡੀਓ ਪਾਈ ਹੈ ਜਿੱਥੋਂ ਜਿੱਥੋਂ ਵੀ ਤੁਸੀਂ ਮੇਰਾ ਵਲੌਗ ਦੇਖ ਰਹੇ ਹੋ ਜ਼ਰੂਰ ਦੱਸਿਓ, ਠੀਕ ਹੈ। ਓਕੇ ਜੀ, ਬਾਏ ਬਾਏ।